ਮੈਂ ਇਹ ਸਮਝਦਾ ਵੀ ਮੈਂ ਬੇਸ਼ੱਕ ਬਹੁਤ ਛੋਟੀ ਛੋਟੀ ਦੇ ਗਾਇਕਾਂ ਨੂੰ ਗੀਤਕਾਰਾਂ ਨੂੰ ਇੰਟਰਵਿਊ ਕੀਤਾ ਤੇ ਮੈਂ ਉਹਨਾਂ ਨੂੰ ਵੀ ਕੀਤਾ ਜਿਹੜੇ ਗੁੰਮਨਾਮ ਹੋ ਗਏ ਤੇ ਮੈਂ ਉਹ ਰੋੜੀਕੋਟ ਦੇ ਗੀਤਕਾਰ ਗਾਇਕਾਂ ਨੂੰ ਵੀ ਇੰਟਰਵਿਊ ਕੀਤਾ ਜਿਨ੍ਹਾਂ ਨੂੰ ਕਿਸੇ ਨੇ ਵੀ ਨਹੀਂ ਸੀ ਕੀਤਾ ਤੇ ਮੈਂ ਸਮਝਦਾ ਵੀ ਜੇ ਤੁਸੀਂ ਆਪਣੇ ਕੰਮ ਦੇ ਨਾਲ ਕਿਸੇ ਨੂੰ ਉੱਪਰ ਚੁੱਕ ਸਕਦੇ ਹੋ ਤਾਂ ਤੁਸੀਂ ਸਭ ਤੋਂ ਵਧੀਆ ਕੰਮ ਕਰ ਰਹੇ ਹੁੰਦੇ ਹੋ ਵੈਸੇ ਮੈਨੂੰ ਪ੍ਰਮਾਤਮਾ ਨੇ ਬਹੁਤ ਵਧੀਆ ਵਧੀਆ ਵੱਡੇ ਨਾਂ ਜਿਹੜੇ ਗੀਤਕਾਰੀ ਗਾਇਕੀ ਦੇ ਆ ਮੇ ਉਸੇ ਦੂਸੇ ਵਾਲਾ ਮਰਹੂਮ ਸਾਡਾ ਬਹੁਤ ਸਤਿਕਾਰਯੋਗ ਭਰਾ ਤੇ ਬੜੀਆਂ-ਬੜੀਆਂ ਰੂਹਾਂ ਨੇ ਕਿੰਨੇ ਕ ਨਾਮ ਆ ਮਾਂ ਜਿਨ੍ਹਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਸਭ ਇੰਟਰਵਿਊ ਕਰਨ ਦਾ ਉਹਨਾਂ ਨਾਲ ਸਬੱਬ ਬਣਿਆ ਮੇਰਾ ਜਿੱਥੇ ਬਿੱਟੂ ਚੱਕ ਵਾਲਾ ਪੱਤਰਕਾਰ ਹੀ ਕਰਦਾ ਉੱਥੇ ਇੱਕ ਸਿੱਧੂ ਮੂਸੇ ਵਾਲੇ ਦੀ ਇੰਟਰਵਿਊ ਦਾ ਰਾਜ ਵੀ ਹੈ ਇੱਕ ਉਹ ਰਾਜ ਦੀਆਂ ਵੀ ਗੱਲਾਂ ਬਾਤਾਂ ਕਰੀਏ ਕਿ ਨਾ ਜਰੂਰ ਜੀ ਤੁਸੀਂ ਪੁੱਛੋ ਜੋ ਪੁੱਛਣਾ ਤੇ ਬਿੱਟੂ ਚੱਕ ਵਾਲੇ ਨੇ ਸਿੱਧੂ ਮੂਸੇ ਵਾਲੇ ਦੀ ਇੰਟਰਵਿਊ ਕਰੀ ਤੇ ਤੁਹਾਡੇ ਚੈਨਲ ਤੇ ਭਾਵੇਂ ਨਾਂ ਰਿਲੀਜ਼ ਹੋਈ ਉਹ ਸਿੱਧੂ ਮੂਸੇਵਾਲੇ ਦੇ ਚੈਨਲ ਤੇ ਰਿਲੀਜ਼ ਹੋਈ ਉਸ ਪਿੱਛੇ ਕੋਈ ਡੀਲ ਹੋਈ ਸੀ ਕਿ ਵੈਸੇ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਕਰਕੇ ਦੇ ਦਿਤੀ ਤੁਸੀਂ ਖੁੱਲ ਕੇ ਪੁੱਛੋ ਕੀ ਪੁੱਛਣਾ ਵੀ ਤੁਹਾਡੇ ਮਨ ਦੀ ਡੀਲ ਹੋਈ ਸੀ ਉਹਨਾਂ ਪਿੱਛੇ ਕੋਈ ਪੈਸੇ ਦੀ ਡੀਲ ਹੋਈ ਸੀ ਜਾਂ ਕੀ ਕਾਰਨ ਹੈ ਬਿੱਟੂ ਨੇ ਪੈਸੇ ਲਈ ਸੀ ਸਿੱਧੂ ਮੂਸੇਵਾਲੇ ਕੋਲ ਤੁਸੀਂ ਪੈਸਿਆਂ ਦਾ ਸੋਚਦੇ ਹੋ ਨਹੀਂ ਕੋਈ ਪੈਸੇ ਲਈ ਸੀ ਨਹੀਂ ਭਾਈ ਕੋਈ ਪੈਸਾ ਨਹੀਂ ਲਿਆ ਸਿੱਧੂ ਮੈਨੂੰ ਲੱਗਦਾ ਵੀ ਸਿੱਧੂ ਬਾਰੇ ਬਹੁਤ ਸਾਰੇ ਭਰਮ ਭਲੇਖੇ ਸਮਾਜ ਦੇ ਵਿੱਚ ਉਹੀ ਬਣੇ ਹੋਏ ਨੇ ਸਿੱਧੂ ਇੱਕ ਇਹ ਜੀ ਰੂਹ ਸੀਗੀ ਬਈ ਉਹ ਬੰਦਾ ਬੜਾ ਹੀ ਵਧੀਆ ਇਨਸਾਨ ਸੀਗਾ ਹਨਾ ਤੇ ਮੈਨੂੰ ਮੈਂ ਖੁਸ਼ਕਿਸਮਤਾਂ ਇਸ ਗੱਲ ਲਈ ਚਲੋ ਉਹ ਮੇਰੀ ਪੱਤਰਕਾਰੀ ਨੂੰ ਪਸੰਦ ਕਰਦਾ ਸੀਗਾ ਪਿਆਰ ਕਰਦਾ ਸੀਗਾ ਮੈਨੂੰ ਮੈਂ ਇਸ ਗੱਲੋਂ ਉਸ ਪ੍ਰਮਾਤਮਾ ਦਾ ਉਸ ਪ੍ਰਾਦਾ ਦਾ ਸਹਾਰਾ ਨਹੀਂ ਰਹਿੂੰਗਾ ਤੇ ਸਿੱਧੂ ਨਾਲ ਮੇਰੀਆਂ ਪਹਿਲਾਂ ਵੀ ਇੰਟਰਵਿਊ ਹੋਈਆਂ ਨਿਊਜ਼ ਨੰਬਰ ਦੇ ਵਿੱਚ ਹੋਈਆਂ 1 2 ਤੇ ਉਸ ਤੋਂ ਬਾਅਦ ਵੀ ਮੇਰਾ ਕਿੰਨੇ ਵਾਰੀ ਵੀ ਸਵਾਭ ਬਣਦਾ ਬਣਦਾ ਰਹਿ ਗਿਆ ਤੇ ਆਖਰੀ ਵਾਰ ਜਦੋਂ ਸਿੱਧੂ ਦੁਬਈ ਸ਼ੋਅ ਲਾਉਣ ਜਾਂਦਾ ਉਦੋਂ ਮੈਂ ਵੀ ਦੁਬਈ ਘੁੰਮਣ ਗਿਆ ਹੋਇਆ ਸੀਗਾ ਅਸੀਂ ਵੀ ਉੱਥੇ ਕਵਰੇਜ ਲਈ ਗਏ ਹੋਏ ਸੀ ਉੱਥੇ ਹੀ ਮੈਂ ਸਿੱਧੂ ਨੂੰ ਗੱਲਬਾਤ ਹੋਈ ਸੀ ਕਿ ਆਪਾਂ ਇੰਟਰਵਿਊ ਕਰੀਏ ਉੱਥੇ ਸਿੱਧੂ ਨੇ ਕਿਹਾ ਸੀ ਕਹਿੰਦਾ ਵੀ ਨਹੀਂ ਜਾਨ ਮੇਰਾ ਮਾਨ ਨਹੀਂ ਹੈਨਾ ਕਿਉਂਕਿ ਇਲੈਕਸ਼ਨ ਤੋਂ ਬਾਅਦ ਉਹ ਉੱਥੇ ਜਾਂਦਾਗਾ ਵੀ ਆਪਾਂ ਪਿੰਡ ਹੀ ਕਰਾਂਗੇ ਪਿੰਡੋਂ ਆਉਣ ਤੋਂ ਬਾਅਦ ਉਹ ਵਿਚਾਰਾ ਚਲੋ ਉਸ ਤੋਂ ਬਾਅਦ ਜਹਾਨ ਦੇ ਵਿੱਚ ਨਹੀਂ ਰਹਿੰਦਾ ਆ ਜਿਹੜੀ ਉਹ ਇੰਟਰਵਿਊ ਦੀ ਗੱਲ ਆ ਇੰਟਰਵਿਊ ਉਹ ਅਸਲ ਦੇ ਵਿੱਚ ਦੋ ਨੇ ਜਿਹੜੀ ਸਿੱਧੂ ਦੇ ਚੈਨਲ ਤੇ ਆ ਸਹੀ ਮੈਨਿਆਂ ਦੇ ਵਿੱਚ ਉਹ ਅੱਜ ਵੀ ਸਾਡੇ ਕੋਲੇ ਮੇਲ ਦੇ ਵਿੱਚ ਉਵੇਂ ਹੀ ਪਈ ਆ ਉਹ ਜਦੋਂ ਇੰਟਰਵਿਊ ਕਰਕੇ ਆਏ ਤਾਂ ਸਿੱਧੂ ਨੂੰ ਮੈਂ ਕਿਹਾ ਸੀ ਮੈਂ ਕਿਹਾ ਮੈਂ ਇੱਕ ਇੰਟਰਵਿਊ ਆਪਾਂ ਤੁਸੀਂ ਰੱਖ ਲਿਓ ਇੱਕ ਮੈਂ ਰੱਖ ਲਵਾਂ ਪਹਿਲਾਂ ਸਿੱਧੂ ਨੂੰ ਇਹ ਇੱਛਾ ਸੀਗੀ ਪਹਿਲਾਂ ਉਹਨੇ ਖੁੱਲ ਕੇ ਨਹੀਂ ਸੀ ਕਿਹਾ ਵੀ ਮੈਂ ਇੰਟਰਵਿਊ ਆਪਦੇ ਚੈਨਲ ਤੇ ਪਾਉਣੀ ਆ ਜਦੋਂ ਇੰਟਰਵਿਊ ਹੋ ਗਈ ਉੱਥੇ ਚਲੇ ਗਏ ਤਾਂ ਉਹ ਕਹਿੰਦਾ ਸੀ ਵੀ ਜਾਣ ਇੱਕ ਹਿੱਸਾ ਵੀ ਭਰਾ ਮੈਂ ਰੱਖ ਲਊਂਗਾ ਮੈਂ ਕਿਹਾ ਜ਼ਰੂਰ ਰੱਖ ਲਿਓ ਬਾਈ ਉਸ ਤੋਂ ਪਹਿਲਾਂ ਥੋੜਾ ਜਿਹਾ ਉਹ ਦੱਸ ਦਿੰਦਾ ਮੈਨੂੰ ਵੀ ਇਹ ਕਿੱਸਾ ਆਪਾਂ ਇੱਧਰ ਕਰ ਲਾਂਗੇ ਮੈਂ ਕਿਹਾ ਬਾਈ ਫਿਰ ਇੱਕ ਹੀ ਹਿੱਸਾ ਮੈਂ ਕਰ ਲੂੰਗਾ ਕਹਿੰਦਾ ਆਪਾਂ ਕਰ ਲਾਂਗੇ ਫਿਰ 100% ਕਲੀਅਰ ਸਾਨੂੰ ਇੰਟਰਵਿਊ ਤੇ ਜਾ ਕੇ ਹੁੰਦਾਗਾ ਵੀ ਇਹ ਹਿੱਸਾ ਉਹਨੇ ਪਾ ਲੈਣਾਗਾ ਚਲੋ ਮੈਂ ਕੋਈ ਸਵਾਲ ਜਿਹੜੇ ਪੁਆਇੰਟ ਮਨ ਦੇ ਵਿੱਚ ਨੋਟ ਕੀਤੇ ਹੋਏ ਸੀ ਉਹਦੇ ਲਈ ਸਵਾਲ ਕਰੇ ਉਹਦੀ ਇੰਟਰਵਿਊ ਬਣ ਗਈ ਉਸ ਤੋਂ ਬਾਅਦ ਮੈਂ ਦੂਸਰਾ ਪਾਰਟ ਸ਼ੁਰੂ ਕੀਤਾ ਜਦੋਂ ਐਡਿਟ ਕਰਕੇ ਸਿੱਧੂ ਦਾ ਸਿੱਧੂ ਨੂੰ ਭੇਜਦਾ ਮੇਲ ਕਰਦਾ ਉਹ ਕਹਿੰਦਾ ਬਾਈ ਇਹ ਤਾਂ ਮੈਂ ਸੁਣ ਲਿਆ ਬਹੁਤ ਵਧੀਆ ਮੈਨੂੰ ਦੂਜਾ ਵੀ ਸੁਣਾ ਦਿਓ ਮੈਂ ਦੂਜਾ ਵੀ ਭੇਜਦਾ ਕਹਿੰਦਾ ਇਸੇ ਦੂਤੇ ਬੋਲ ਸੀਗੇ ਆਪਾਂ ਥੋੜੇ ਜਿਹਾ ਸਵਾਲ ਇਧਰੋਂ ਉਧਰ ਤੇ ਉਧਰੋਂ ਇਧਰ ਪਾ ਦੀਏ ਸਿੱਧੂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਂ ਹੈ ਕੋਈ ਛੋਟੀ ਗੱਲ ਨਹੀਂ ਹੈ ਭਾਈ ਜੀ ਇਸ ਕਰਕੇ ਮੈਂ ਖੁੱਲ ਕੇ ਗੱਲ ਕਰਨੀ ਚਾਹੁੰਦਾ ਇਸ ਬਿਸ਼ੇ ਤੇ ਜੀ ਸਿੱਧੂ ਦਾ ਇਹ ਕਹਿਣਾ ਕਿ ਇੰਟਰਵਿਊ ਦੇ ਸਵਾਲ ਇਧਰਲੇ ਇਧਰ ਕਰਦੀਏ ਥੋੜੇ ਜਿਹਾ ਇਧਰ ਕਰਦੀਏ ਦੋਨੇ ਘੈਂਟ ਜਿਵੇਂ ਬਣ ਜਾਣਗੀਆਂ ਉਹ ਹਰ ਇੱਕ ਚੀਜ਼ ਨੂੰ ਬਹੁਤ ਸੋਹਣੀ ਬਣਾ ਕੇ ਖੁਸ਼ ਹੁੰਦਾ ਸੀ ਤੇ ਮੈਂ ਉਸ ਨੂੰ ਉਹਦੀ ਭਾਵਨਾ ਨੂੰ ਸਮਝਿਆ ਮੈਂ ਕਿਹਾ ਵੱਡੇ ਭਾਈ ਗੱਲ ਇਹ ਆ ਗਈ ਬਈ ਮੈਨੂੰ ਕੋਈ ਲਾਲਚ ਨਹੀਂ ਹੈਗਾ ਵੀ ਮੈਂ ਇੰਟਰਵਿਊ ਪਾਉਂਗਾ ਹੀ ਪਾਉਂਗਾ ਆਪਾਂ ਇਹ ਇੰਟਰਵਿਊ ਦਾ ਰਾਸਤਿਆਂ ਖਤਮ ਕਰਨਾ ਆਪਾਂ ਇਹਨੂੰ ਇੱਕ ਬਣਾ ਦਿੰਦੇ ਆਂ ਕਹਿੰਦਾ ਬਾਈ ਫਿਰ ਤੂੰ ਮੈਂ ਕਿਹਾ ਬਾਈ ਮੈਨੂੰ ਕੀ ਆਪਾਂ ਫੇਰ ਕਰ ਲਾਂ ਕਹਿੰਦਾ ਹਾਂ ਆਪਾਂ ਫੇਰ ਕਰ ਲਾਂਗੇ ਚਲੋ ਉਹ ਇੰਟਰਵਿਊ ਦੋਨੋਂ ਦੀ ਮੈਂ ਇੱਕ ਕਰਕੇ ਹਾਲਾਂਕਿ ਉਹ ਸਵਾਲ ਜਿਵੇਂ ਹੈਗੇ ਓਵੇਂ ਹੀ ਨੇ ਤੇ ਉਹਨਾਂ ਨੂੰ ਦੇਤੀ ਉਹਨਾਂ ਨੇ ਅਪਲੋਡ ਕਰ ਲਿਆ ਇੰਨੀ ਕੁ ਕਹਾਣੀ ਆ ਬਾਈ ਤੇ ਉਹਦੇ ਚ ਕੋਈ ਡੀਲ ਨਹੀਂ ਹੋਈ ਪੈਸੇ ਤਾਂ ਮੈਂ ਲੈਣੀ ਕੀ ਸੀ ਕਿ ਇਹ ਜਿਹੀਆਂ ਚੀਜ਼ਾਂ ਦਾ ਬਹੁਤ ਛੋਟੀਆਂ ਗੱਲਾਂ ਨੇ ਬਾਈ ਪੈਸੇ ਤਾਂ ਮੈਂ ਕਮੈਂਟਰੀ ਚੋਂ ਨਹੀਂ ਲੈ ਮੰਗ ਕੇ ਕੀਤੇ ਜਿੱਥੇ ਮੇਰੇ ਹੱਕ ਬਣਦਾ ਹੁੰਦਾ ਸੀ 10 10 ਘੰਟੇ ਬੋਲਦਾ ਹੁੰਦਾ ਸੀ ਕੁਰਸੀ ਤੇ ਬਹਿ ਕੇ ਗੱਲਾਂ ਕਰਨੀਆਂ ਇਹਦੇ ਪੈਸੇ ਕਾਦੇ ਆ ਬਾਈ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਇੰਨਾਂ ਚੀਜ਼ਾਂ ਦੇ ਕੋਈ ਪੈਸੇ ਆ ਤੇ ਪਰਮਾਤਮਾ ਬੈਸੀ ਮਿਹਨਤ ਦੀ ਕਮਾਈ ਵਧੀਆ ਦੇਈ ਜਾਵੇ ਰੋਟੀ ਚੱਲੀ ਜਾਵੇ ਇੰਨੀ ਵਧੀਆ ਹੁੰਦਾ ਤੇ ਕੋਈ ਪੈਸਾ ਨਹੀਂ ਲਿਆ ਦਿੰਦਾ ਬਿੱਟੂ ਬਿੱਟੂ ਤੁਹਾਨੂੰ ਸਿੱਧੂ ਮੂਸੇ ਵਾਲਾ ਜਾਣ ਕੇ ਕਿ ਬਰੋਂਦਾ ਤੁਸੀਂ ਕਿਹਾਗਾ ਕਿ ਉਹ ਪਿਆਰ ਕਿਉਂ ਕਰਦੇ ਸੀ ਜਿਆਦਾ ਉਹਨਾਂ ਦੇ ਪਸੰਦੀ ਦੇ ਪੱਤਰਕਾਰ ਕਿਉਂ ਸੀ ਤੁਸੀਂ ਇਹ ਕੀ ਕਾਰਨ ਕਾਰਨ ਤਾਂ ਮੈਨੂੰ ਵੀ ਨਹੀਂ ਪਤਾ ਬਾਈ ਜਦੋਂ ਮੈਂ ਸਿੱਧੂ ਨੂੰ ਪਹਿਲੀ ਵਾਰੀ ਮਿਲਿਆ ਨਾ ਸਿੱਧੂ ਘਰੋਂ ਬਾਹਰ ਨਿਕਲ ਰਿਹਾ ਸੀਗਾ ਕਈ ਸਾਲ ਪੁਰਾਣੀ ਗੱਲ ਆ ਇਹ ਤੇ ਘਰੋਂ ਬਾਹਰ ਉਹ ਕਾਫੀ ਲੋਕਾਂ ਦੇ ਇਕੱਠ ਦੇ ਵਿੱਚ ਆ ਰਿਹਾ ਕਿਉਂਕਿ ਹਮੇਸ਼ਾ ਉਹਦੇ ਆਲੇ ਦੁਆਲੇ ਲੋਕਾਂ ਦਾ ਜਮਾਅ ਬੜਾ ਹੁੰਦਾ ਸੀ ਕਿਤੇ ਹੋਇਆ ਨਹੀਂ ਵੀ ਸਿੱਧੂ ਕਿਤੇ ਇਕੱਲਾ ਹੋਵੇ ਜ਼ਿਆਦਾਤਰ ਉਹਦੇ ਨਾਲ ਉਹਦੇ ਚਾਹਣ ਵਾਲੇ ਹੁੰਦੇ ਸੀ ਮੈਂ ਉਹਦੇ ਘਰ ਦੇ ਬਾਹਰ ਪੁਰਾਣੇ ਘਰ ਦੇ ਬਾਹਰ ਕੰਧ ਦੇ ਨਾਲ ਖੜਾ ਬਿਲਕੁਲ ਗੇਟ ਦੇ ਸਾਹਮਣੇ ਉਹਨੇ ਦੂਰੋਂ ਪਛਾਣ ਲਿਆ ਅੰਦਰੋਂ ਆਉਂਦੇ ਨੇ ਬਈ ਉਹ ਮੁੰਡਾ ਖੜਾ ਚੱਕ ਵਾਲਾ ਬਿੱਟੂ ਉਹ ਆਇਆ ਮੇਰੇ ਕੋਲੇ ਹਾਲਾਂਕਿ ਮੇਰੇ ਨਾਲ ਦੇ ਮੇਰੇ ਮਿੱਤਰ کہہ ਰਹ ਵੇ ਬਾਈ ਸਿੱਧੂ ਬਾਹਰ ਹੁੰਦਾ ਆਪਾਂ ਮੂਰੇ ਹੋ ਜੀਕੇ ਮੈਂ ਉਹੀ ਗੱਲ ਕਮੈਂਟਰੀ ਵਾਲੀ ਮੈਂ ਬਾਲਾ ਮੂਰੇ ਜੇ ਹੋ ਕੇ ਖੁਸ਼ ਨਹੀਂ ਹੁੰਦਾ ਮੈਨੂੰ ਤਾਂ ਮੈਨੂੰ ਇਹ ਹੁੰਦਾ ਵੀ ਯਾਰ ਜਿਹੜੇ ਮੇਰੇ ਕਰਮਾਂ ਦਾ ਜਿਹੜੀ ਮੇਰੀ ਲਈ ਆ ਉਹ ਪਈ ਜਾਣੀ ਆ ਧੱਕੇ ਨਾਲ ਕੁਝ ਵੀ ਨਹੀਂ ਹੁੰਦਾ ਹੁੰਦਾ ਜੋਰ ਜਮਾਈ ਨਾਲ ਜਦੋਂ ਸਿੱਧੂ ਆ ਗਿਆ ਉਹਨੇ ਮੈਨੂੰ ਪਛਾਣ ਲਿਆ ਉਹ ਮੇਰੇ ਕੋਲੇ ਆ ਗਿਆ ਆਪਣਾ ਦੈਰਾ ਖੋਲ ਕੇ ਤੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਉਹ ਮੇਰੇ ਕੋਲੇ ਕਲਿੱਪ ਵੀ ਹੈਗੀ ਹਾਲੇ ਤੱਕ ਮੇਰੇ ਨਾਲ ਦੇ ਨਿਕਲਪ ਬਣਾਈ ਹੋਈ ਆ ਪਹਿਲੀ ਵਾਰੀ ਸਿੱਧੂ ਨੂੰ ਮਿਲਣ ਦੀ ਤੇ ਉਹ ਗੱਲਾਂ ਬਾਤਾਂ ਕੀਤੀਆਂ ਮੈਨੂੰ ਕਹਿੰਦਾ ਯਾਰ ਤੂੰ ਇੱਕ ਬਹੁਤ ਵਧੀਆ ਕੰਮ ਕੀਤਾ ਉਹਦੇ ਪਹਿਲੇ ਬੋਲ ਸੀ ਮੈਂ ਕਿਹਾ ਬਾਈ ਕਹਿੰਦਾ ਯਾਰ ਬਈ 79 66 ਦਾ ਮੈਂ ਬਹੁਤ ਜ਼ਿਆਦਾ ਫੈਨ ਆ ਤੂੰ ਉਹਦੇ ਪਰਿਵਾਰ ਦੀ ਇੰਟਰਵਿਊ ਕੀਤੀ ਸੀ ਮੈਂ ਤੇਰੀਆਂ ਸਾਰੀਆਂ ਇੰਟਰਵਿਊ ਦੇਖਦਾ ਹਾਂ ਮੈਂ ਕਿਹਾ ਧੰਨਵਾਦ ਗੁਬੀਰੇ ਮੇਰੇ ਲਈ ਖੁਸ਼ੀ ਦਾ ਕੋਈ ਸੋਮਾ ਨਹੀਂ ਸੀ ਬਈ ਸਿੱਧੂ ਵਰਗਾ ਇੱਕ ਇੰਨਾ ਬਿਜ਼ੀ ਬੰਦਾ ਸਮਾਂ ਕੱਢ ਕੇ ਇੰਟਰਵਿਊ ਦੇਖਦਾ ਤਾਂ ਉਹ ਬੜਾ ਡਾਊਨ ਟੂ ਅਰਥ ਬੰਦਾ ਸੀ ਬਾਈ ਬੜਾ ਬੀਬਾ ਬੰਦਾ ਸੀਗਾ ਹੋਰ ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਤੇ ਕਿੰਨੇ ਕਵਾਰ ਉਹਨਾਂ ਨਾਲ ਮੇਲ ਹੋਇਆ ਤੁਹਾਡਾ ਮੇਲ ਮੇਰਾ ਕੋਈ ਬਾਲੀਵੇਰੀ ਨਹੀਂ ਹੋਇਆ ਬਾਈ ਥੋੜੇ ਬੇਰੀ ਮਿਲੇ ਆ ਸੀ ਜਿੰਨੇ ਕਵਰੀ ਵੀ ਕਿਤੇ ਕੋਈ ਕੰਮ ਦੇ ਸਿਲਸਿਲੇ ਚ ਮਿਲਦੇ ਸੀਗੇ ਤੇ ਮੇਰਾ ਕੰਮ ਇਹ ਨਹੀਂ ਸੀਗਾ ਕਿ ਮੈਂ ਮਾਨਸਾ ਵੱਲੇ ਨੂੰ ਗਿਆ ਤਾਂ ਸਿੱਧੂ ਦੇ ਘਰੇ ਬ੍ਰੇਕ ਮਾਰ ਦਿੰਦਾ ਸੀ ਜਾਂ ਸਿੱਧੂ ਨਾਲ ਕੋਈ ਰੀਲ ਪਾਉਣ ਲਈ ਰੁਕ ਜਾਂਦਾ ਸੀ ਜਾਂ ਫੋਟੋ ਖਿੱਚਣ ਲਈ ਰੁਕ ਜਾਂਦਾ ਸੀ ਰੱਬੀ ਸੁਭਭੀ ਉਹੀ ਹੋਇਆ ਬਾਜੋ ਕੁਛ ਹੋਇਆਗਾ ਹਾਲਾਂਕਿ ਅਸੀਂ ਹੁਣ ਮਹਿਸੂਸ ਕਰਦੇ ਹੁੰਦੇ ਹਾਂਗੇ ਉਹ ਅਕਸਰ ਹੀ ਕਹਿੰਦਾ ਹੁੰਦਾ ਸੀ ਆਇਆ ਕਰੋ ਆਇਆ ਕਰੋ ਉਹਦਾ ਖੁੱਲਾ ਸੁਭਾਅ ਸੀਗਾ ਵੀ ਬੈਠਾਂਗੇ ਗੱਲਾਂ ਕਰਾਂਗੇ ਹਨਾ ਉਹਨੂੰ ਉਹਨੂੰ ਚਾਹ ਚੜਦਾ ਸੀ ਬੰਦੇ ਜਦੋਂ ਉਹਨੂੰ ਮਿਲਦੇ ਸੀ ਜਿਹੜੇ ਉਹਦੀ ਮਤ ਦੇ ਬੰਦੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ ਮੇਰੇ ਨਾਲ ਦੇ ਹੁਣ ਮੇਰੇ ਨਾਲ ਗੁੱਸਾ ਕਰਦੇ ਹੁੰਦੇ ਆ ਕਹਿੰਦੇ ਯਾਰ ਬਾਈ ਤੂੰ ਇਹ ਗਲਤੀ ਬਹੁਤ ਵੱਡੀ ਕੀਤੀ ਤੂੰ ਅਕਸਰ ਹੀ ਉਹਦੇ ਕੋਲੇ ਵੱਧ ਜਾਇਆ ਕਰਨਾ ਸੀ ਆਪਾਂ ਉਹਦੇ ਨਾਲ ਗੱਲਾਂ ਕਰਿਆ ਕਰਦੇ ਉਹ ਤੋਂ ਸਿੱਖਣ ਨੂੰ ਕੁਝ ਨਾ ਕੁਝ ਮਿਲਦਾ ਸੀ ਹੁਣ ਮੈਨੂੰ ਵੀ ਮਹਿਸੂਸ ਹੁੰਦਾ ਬਈ ਯਾਰ ਮੈਂ ਜਿਹੜਾ ਬਾਹਲਾ ਆਪਦਾ ਦਾਇਰਾ ਘੱਟ ਕੇ ਜੇ ਰੱਖਿਆ ਸੀਗਾ ਵੀ ਨਹੀਂ ਜਾਣਾ ਮੈਨੂੰ ਇਹ ਹੁੰਦਾ ਵੀ ਕਾਨੂੰ ਤੰਗ ਕਰਨਾ ਆਪਾਂ ਅਗਲੇ ਨੂੰ ਯਾਰ ਅਗਲੇ ਦੀ ਜ਼ਿੰਦਗੀ ਉਹ ਵੀ ਆਦੀ ਲਾਈਫ ਚ ਬਿਜੀ ਆ ਤੇ ਤੁਹਾਡੀ ਉਹ ਇੰਟਰਵਿਊ ਸਭ ਤੋਂ ਵੱਡੀ ਇੰਟਰਵਿਊ ਕਹਿ ਸਕਦੇ ਆ ਸਭ ਤੋਂ ਵੱਧ ਵਿਊ ਨੇ ਸਿੱਧੂ ਦੇ ਕਾਫੀ ਜਿਆਦਾ ਇੰਟਰਵਿਊ ਹੋਈਆਂ ਤੁਹਾਡੇ ਤੋਂ ਵੀ ਕਿਸੇ ਨੇ ਗਰਮ ਸਵਾਲ ਕਰੇ ਬੜਾ ਕੁਝ ਬੋਲਿਆ ਜੀ ਸਭ ਤੋਂ ਵੱਧ ਵਿਊਸ ਇੰਟਰਵਿਊ ਨੂੰ ਜੀ ਬਾਈ ਮੈਨੂੰ ਲੱਗਦਾ ਉਹ ਬਹੁਤ ਇੰਟਰਵਿਊ ਲੋਕਾਂ ਨੇ ਪ੍ਰਵਾਨ ਕੀਤੀ ਸੀ ਬਾਕੀ ਸਿੱਧੂ ਦੇ ਚੈਨਲ ਤੋਂ ਪੈਣਾ ਤਾਂ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਆ ਤੇ ਉਹਦੇ ਦੇਖਣ ਵਾਲਿਆਂ ਦਾ ਤਾਂ ਦਾਇਰਾ ਬਹੁਤ ਵੱਡਾ ਉਹ ਤਾਂ ਆ ਮੈਨੂੰ ਇਹ ਲੱਗਦਾ ਵੀ ਮੈਨੂੰ ਇਸ ਜਗਤ ਦੇ ਵਿੱਚ ਬਿੱਟੂ ਚੱਕ ਵਾਲਾ ਬਣਾਉਣ ਦੇ ਵਿੱਚ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਆ ਕੋਈ ਇਹੋ ਜੀ ਗੱਲ ਨਹੀਂ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਭਾਵੇਂ ਕਿ ਉਹ ਇੰਟਰਵਿਊ ਸੌਰੀ ਮੈਂ ਰੋਕਣੇ ਚਾਹਾਂ ਗੱਲ ਭਾਵੇਂ ਕਿ ਉਹ ਇੰਟਰਵਿਊ ਤੁਹਾਡੇ ਚੈਨਲ ਤੋਂ ਨਹੀਂ ਅਪਲੋਡ ਹੋਈ ਪਰ ਸਬਸਕ੍ਰਾਈਬਰ ਬਹੁਤ ਕਰਿਆ ਉਸੇ ਦਿਨ ਆ ਕੇ ਤੁਹਾਡੇ ਚੈਨਲ ਨੂੰ ਬਿਲਕੁਲ ਬਾਈ ਮੈਨੂੰ ਕੋਈ ਸ਼ਿਕਵਾ ਨਹੀਂ ਵੀ ਉਹ ਚੈਨਲ ਉਹ ਇੰਟਰਵਿਊ ਸਿੱਧੂ ਵੱਲ ਪੈ ਗਈ ਜਾਂ ਮੇਰੇ ਵੱਲ ਪੈ ਗਈ ਸਿੱਧੂ ਦੇ ਨਾਲ ਬੈਠਣਾ ਸਿੱਧੂ ਨਾਲ ਗੱਲਾਂ ਕਰਨੀਆਂ ਆਪਣੇ ਆਪ ਚ ਇੱਕ ਵੱਡੀ ਗੱਲ ਸੀਗੀ ਹਾਲਾਂਕਿ ਉਹ ਇੱਕ ਆਰਟਿਸਟ ਸੀਗਾ ਪਰ ਉਹਦੀ ਰੂਹ ਨੂੰ ਸਮਝਣ ਦੀ ਲੋੜ ਸੀਗੀ ਉਹ ਇੱਕ ਬਹੁਤ ਵੱਡਾ ਦਿਲੋਂ ਇਨਸਾਨ ਸੀਗਾ ਤੇ ਉਹਦੇ ਨਾਲ ਵਿਚਰ ਕੇ ਵਧੀਆ ਲੱਗਿਆ ਬਾਈ ਤੇ ਇੰਟਰਵਿਊ ਤਾਂ ਮੈਨੂੰ ਕੋਈ ਲੱਗਿਆ ਨਹੀਂਗਾ ਕਿਤੇ ਵੀ ਮੈਂ ਆਪਣੇ ਚੈਨਲ ਤੇ ਕਿਉਂ ਨਹੀਂ ਪਾਈ ਹਨਾ ਤੇ ਮੇਰਾ ਉਹਦੇ ਨਾਲ ਇੰਟਰਵਿਊ ਕਰਨਾ ਹੀ ਮੈਨੂੰ ਬੜਾ ਵਧੀਆ ਲੱਗਿਆ ਸਨ ਤਾਂ ਰੋਟੀ ਪਾ ਕੇ ਗਿਆ ਉਹ ਇਹੋ ਜੀ ਕੋਈ ਗੱਲ ਨਹੀਂਗੀ ਆਪਾਂ ਇਹ ਗੱਲ ਤੋਂ ਐਵੇਂ ਮੈਂ ਕਹੀ ਜਾਵਾਂ ਬਿੱਟੂ ਚੱਕ ਵਾਲਾ ਪਹਿਲਾਂ ਬਹੁਤ ਵੱਡਾ ਸੀਗਾ ਕੰਮ ਆ ਕੰਮ ਕਰਦੇ ਆਏ ਆ ਪਰ ਸਿੱਧੂ ਦੇ ਨਾਲ ਕੰਮ ਕਰਨ ਤੋਂ ਬਾਅਦ ਬਹੁਤ ਦੈਰਾ ਵੱਡਾ ਹੋਇਆ ਜਗਤ ਦੇ ਵਿੱਚ ਲੋਕਾਂ ਚ ਲੈ ਕੇ ਗਿਆ ਇੰਗਲੈਂਡ ਗਿਆ ਮੈਂ ਨਿਊਜ਼ੀਲੈਂਡ ਗਿਆ ਮੈਂ ਸਿੰਗਾਪੁਰ ਗਿਆ ਦੁਬਈ ਗਿਆ ਜਿੱਥੇ-ਜਿੱਥੇ ਮੈਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਮਿਲਦੇ ਸੀ ਉਹ ਸਿੱਧੂ ਦਾ ਜ਼ਿਕਰ ਜ਼ਰੂਰ ਕਰਦੇ ਸੀ ਜਾਂ ਉਹਦੀਆਂ ਗੱਲਾਂ ਪੁੱਛਦੇ ਸੀਗੀ ਤੇ ਕਿਉਂਕਿ ਸਿੱਧੂ ਦੀ ਇੰਟਰਵਿਊ ਕਰਕੇ ਲੋਕ ਜ਼ਿਆਦਾ ਇਸ ਚੀਜ਼ ਨੂੰ ਮਹਿਸੂਸ ਕਰਦੇ ਸੀ ਵੀ ਇਹ ਉਹ ਬਿੱਟੂ ਆ ਤੇ ਕਦੇ ਕਿਸੇ ਕੋਲੇ ਸਿੱਧੂ ਦਾ ਨਾਮ ਲੈ ਕੇ ਤੁਸੀਂ ਗੱਲ ਕਰੀ ਹੋਵੇ ਬਾਈ ਮੈਂ ਸਿੱਧੂ ਮੂਸੇਵਾਲੇ ਦੀ ਇੰਟਰਵਿਊ ਕਰੀ ਸੀ ਮੈਂ ਤੁਹਾਡੀ ਵੀ ਇੰਟਰਵਿਊ ਕਰਨੀ ਚਾਹੁੰਦਾ ਨਾ ਬਾਈ ਕਦੇ ਵੀ ਨਹੀਂ हां ਇੰਨਾ ਹੋ ਸਕਦਾ ਵੀ ਕੋਈ ਜਿਵੇਂ ਅੱਜ ਕੱਲ ਗੈਕਾਂ ਦੀਆਂ ਇੱਕ ਟੀਮਾਂ ਬਣੀਆਂ ਹੋਈਆਂ ਨੇ ਜਦੋਂ ਕਿਸੇ ਨੇ ਇੰਟਰਵਿਊ ਲਈ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਈ ਵਾਰੀ ਮੂਰਲੀ ਟੀਮ ਜਿਹੜੇ ਉਹ ਨਹੀਂ ਜਾਣਦੇ ਹੁੰਦੇ ਜ਼ਰੂਰੀ ਨਹੀਂ ਵੀ ਸਾਰੇ ਬਿੱਟੂ ਚੱਕ ਵਾਲੇ ਜਾਣਦੇ ਹੋਣ ਆਪਾਂ ਏਡੇ ਵੀ ਵੱਡੇ ਨਹੀਂ ਉਹ ਕਹਿ ਦਿੰਦੇ ਆਗੇ ਵੀ ਤੁਸੀਂ ਆਪਣੀ ਇੰਟਰਵਿਊ ਕੰਮ ਭੇਜ ਦਿਓ ਫਿਰ ਅਸੀਂ ਸਿੱਧੂ ਦੀ ਇੰਟਰਵਿਊ ਦਾ ਲਿੰਕ ਵੀ ਟੀਮ ਨੂੰ ਆਪਾਂ ਕਹਿੰਦੇ ਆ ਵੀ ਤੁਸੀਂ ਉਹ ਵੀ ਭੇਜ ਦਿਓ ਆ ਵੀ ਭੇਜ ਦਿਓ ਮੈਕਸ ਸਾਰੇ ਰੰਗ ਭੇਜ ਦਿਓ ਇੰਟਰਵਿਊਆਂ ਦੇ ਕੋਈ ਫਾਰਮਰ ਦੀ ਕਿਸਾਨ ਦੀ ਕੀਤੀ ਉਹ ਵੀ ਭੇਜ ਦਿਓ ਕੋਈ ਕਿਸੇ ਬੀਬੀ ਭੈਣ ਦੀ ਕੀਤੀ ਹੈ ਇੰਟਰਵਿਊ ਉਹ ਵੀ ਭੇਜ ਦਿ ਉਹਦੇ ਜਿੱਦੂ ਦੀ ਇੰਟਰਵਿਊ ਚੱਲੀ ਜਾਂਦੀ ਆ ਪਰ ਇਹ ਕਿਤੇ ਨਹੀਂ ਕਿਹਾ ਵੀ ਸਿੱਧੂ ਮੈਂ ਉਹ ਬਿੱਟੂ ਚੱਕ ਵਾਲਾ ਜਿਹਨੇ ਸਿੱਧੂ ਦੀ ਇੰਟਰਵਿਊ ਕੀਤੀ ਸੀਗੀ ਤੇ ਸਿੱਧੂ ਦਾ ਨਾਮ ਵਰਤਣਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਚੰਗੀ ਗੱਲ ਆ ਲੈਵਲ ਬਹੁਤ ਵੱਡਾ ਦੇਖ ਗਿਆ ਤੁਹਾਨੂੰ ਬਿਲਕੁਲ ਭਾਈ ਪਿੱਛੇ ਜੇ ਭਰਾ ਉੱਗੇ ਪੱਤਰਕਾਰ ਨੇ ਤੇ ਲਿਖ ਵੀ ਨੇ ਰਾਜਵਿੰਦਰ ਰੌਣ ਤਾਂ ਉਹਨਾਂ ਨੇ ਇੱਕ ਪੋਸਟ ਲਿਖੀ ਸੀ ਵੀ ਜਗਤ ਪ੍ਰਸਿੱਧੀ ਦਿਵਾ ਗਿਆ ਬਿੱਟੂ ਨੂੰ ਸਿੱਧੂ ਮੁਸੇ ਵਾਲਾ ਉਹ ਮੈਨੂੰ ਸ਼ਬਦ ਬੜੇ ਵਧੀਆ ਲੱਗੇ ਉਹਨਾਂ ਦੇ ਦਿਵਾ ਕੇ ਗਿਆ ਭਾਈ ਉਹ ਤੁਸੀਂ ਵਿਭਾਗਿਕ ਜੋਗੀ ਗੱਲਬਾਤ ਕਰ ਰਹੇ ਹੋ ਤੇ ਉਹਨਾਂ ਦੀ ਡੈਥ ਹੁੰਦੀ ਆ ਮੌਤ ਹੁੰਦੀ ਆ ਕਈ ਪੱਤਰਕਾਰਾਂ ਨੇ ਰੋਟੀਆਂ ਸੇਕੀਆਂ ਜੀ ਉੱਥੇ ਕੈਮਰੇ ਲੈ ਕੇ ਪਹੁੰਚ ਗਏ ਤੁਹਾਡੇ ਨਾਲ ਨੇੜਤਾ ਸੀ ਤੁਸੀਂ ਕਿਉਂ ਨਹੀਂ ਪਹੁੰਚੇ ਉੱਥੇ ਮੈਂ ਪਹੁੰਚਿਆ ਬਹੁਤ ਬਾਈ ਕੈਮਰੇ ਵੀ ਕੋਲੇ ਹੁੰਦੇ ਸੀਗੇ ਜ਼ਿਆਦਾਤਰ ਸਮਾਨ ਗੱਡੀ 'ਚ ਹੀ ਹੁੰਦਾ ਪਰ ਮੈਂ ਕੈਮਰੇ ਉੱਥੇ ਵੀੜੇ ਨਹੀਂ ਮੈਂ ਕੱਢੇ ਹੀ ਨਹੀਂ ਹਨਾ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਜਿੱਥੇ ਸਾਥ ਰਵੇ ਸਿਆ ਹੋਵੇ ਉੱਥੇ ਕੈਮਰੇ ਚੱਲਣੇ ਜ਼ਰੂਰੀ ਨਹੀਂ ਮੈਨੂੰ ਨਹੀਂ ਲੱਗਦਾ ਵੀ ਜਿੱਥੇ ਲੋਕ ਰੋ ਰੋ ਕਰਲਾ ਰਹੇ ਨੇ ਜਿੱਥੇ ਕੋਈ ਜਹਾਨੋਂ ਤੁਰ ਗਿਆ ਜੱਗ ਤੋਂ ਤੁਰ ਗਿਆ ਉੱਥੇ ਸਾਡੀਆਂ ਸਾਡੇ ਰਸਮਾਂ ਨੇ ਸਾਡੀਆਂ ਰੀਤਾਂ ਨੇ ਯਾਰ ਅਸੀਂ ਕਿਸੇ ਦਾ ਦੁੱਖ ਕਿਵੇਂ ਬਿਆਖਤ ਕਰਨਾ ਉੱਥੇ ਜਾ ਕੇ ਮੈਂ ਇੱਕ ਅਗਲੇ ਦੇ ਮੂੰਹ ਮੂਰੇ ਕਰਨਾ ਜਾਂ ਅਗਲੇ ਨੂੰ ਸਵਾਲ ਪੁੱਛਣੇ ਵੀ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਮਰੇ ਤੋਂ ਮਹਿਸੂਸ ਕੀ ਕਰਨਾ ਹੁੰਦਾ ਬਾਈ ਕਿਸੇ ਦੀ ਮੌਤ ਤੇ ਕੀ ਪੁੱਛਣਾ ਹੁੰਦਾ ਕਿਸੇ ਫੌਜ ਚ ਖੁਸ਼ੀ ਹੋ ਜਾਂਦਾ ਲੋਕ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੀ ਜਾਂਦੇ ਨੇ ਕਿ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਇਹ ਮੈਨੂੰ ਨਹੀਂ ਲੱਗਦਾ ਯਾਰ ਇਹ ਗੱਲਾਂ ਪੁੱਛਣ ਵਾਲੀਆਂ ਨੇ ਹਨਾ ਅਸੀਂ ਸਮਾਜਿਕ ਤੌਰ ਤੇ ਸਦਾਚਾਰਕ ਤੌਰ ਤੇ ਗਿਰਦੇ ਜਾ ਰਹੇ ਆ ਇਸੇ ਕਰਕੇ ਮੈਂ ਬਾਰ ਬਾਰ ਕਹਿੰਦਾ ਹਾਂ ਨਾ ਵੀ ਇਨਸਾਨ ਬਣੀਏ ਰੋਜੀ ਰੋਟੀ ਉਹ ਪ੍ਰਮਾਤਮਾ ਸਭ ਦੀ ਚਲਦੀ ਰੱਖਦਾ ਸਭ ਦੀ ਚਲਦੀ ਰੱਖਦਾ ਕੋਈ ਇਨਸਾਨ ਭੁੱਖਾ ਨਹੀਂ ਸੌਂਦਾ ਮੈਨੂੰ ਲੱਗਦਾ ਜਿਹੜਾ ਥੋੜਾ ਜਿਹਾ ਵੀ ਯਤਨ ਕਰਦਾ ਆਪਣੀ ਮਿਹਨਤ ਕਰਦਾ ਹਾਂ ਕੋਈ ਹੱਥ ਹੀ ਨਹੀਂ ਹਲਾਉਂਦਾ ਉਹਦੀ ਵੱਖਰੀ ਗੱਲ ਆ ਜਿਹੜਾ ਪ੍ਰਮਾਤਮਾ ਨੇ ਦਿੱਤੇ ਅੰਗ ਪੈਰ ਵਰਤਦਾ ਮਿਹਨਤ ਕਰਦਾ ਉਹਦੀ ਰੋਜੀ ਰੋਟੀ ਕਦੇ ਨਹੀਂ ਰੋਕਦੀ ਇਸ ਲਈ ਕਦੇ ਵੀ ਨਾ ਤਾਂ ਕਿਸੇ ਦਾ ਰਾਹ ਘੱਟ ਕੇ ਰੋਟੀ ਕਮਾਉਣੀ ਚਾਹੀਦੀ ਹੈ ਮੈਨੂੰ ਇਹ ਲੱਗਦਾ ਤੇ ਨਾ ਹੀ ਕਿਸੇ ਦੇ ਸੱਥਰ ਤੋਂ ਰੋਟੀ ਕਮਾਉਣੀ ਚਾਹੀਦੀ ਹੈ ਦੀਪ ਸਿੱਧ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਮੀਆ ਇਹ ਤਿੰਨੇ ਅਲੱਗ-ਅਲੱਗ ਖੇਤਿਆਂ ਦੇ ਮਹਾਨ ਇਨਸਾਨ ਹੋਏ ਨੇ ਜੀ ਤੇ ਇਹਨਾਂ ਦੀ ਮੌਤ ਤੋਂ ਬਾਅਦ ਤੁਸੀਂ ਖੁੱਲ ਕੇ ਕਿਉਂ ਨਹੀਂ ਬੋਲੇ ਕਿ ਡਰ ਸੀ ਤੁਹਾਨੂੰ ਕੋਈ ਨਹੀਂ ਡਰ ਵਾਲੀ ਕੋਈ ਗੱਲ ਨਹੀਂ ਬਾਈ ਮੈਂ ਨਾ ਕਿਸੇ ਵੀ ਚੀਜ਼ ਤੇ ਬੋਲਣ ਲੱਗਿਆ ਬਹੁਤ ਚੀਜ਼ਾਂ ਸੋਚਦਾ ਹੁੰਦਾ ਤੇ ਮੈਂ ਇੱਕ ਜਿਵੇਂ ਤੁਹਾਨੂੰ ਮੈਂ ਕਿਹਾ ਮੈਂ ਥੋੜਾ ਜਿਹਾ ਐਕਸਪ੍ਰੈਸ ਜੀ ਚੀਜ਼ ਨੂੰ ਕਿਸੇ ਨੂੰ ਖੋਲ ਕੇ ਜੇ ਘੱਟ ਕਰਦਾ ਹਾਂ ਹਣਾ ਮੈਂ ਉਵੇਂ ਜਾਗਾ ਮੇਰੇ ਨਾਲ ਦਿਆਂ ਨੂੰ ਪਤਾ ਗਿਆ ਵੀ ਮੇਰੀ ਸੋਚ ਕਿਹੋ ਜੀ ਆ ਜਾਂ ਮੈਂ ਕਿਸੇ ਦੇ ਜਾਣਦਾ ਜਾਂ ਦੀਪ ਸਿੱਧੂ ਦੇ ਜਾਣਦਾ ਸੰਦੀਪ ਨੰਗਲੰਬੀਆਂ ਦੇ ਜਾਣਦਾ ਸਿੱਧੂ ਮੂਸੇ ਵਾਲੇ ਦੇ ਜਾਣਦਾ ਕਿੰਨਾ ਕੁ ਧੋਖਾ ਮੈਨੂੰ ਹਨਾ ਜਾਂ ਮੈਂ ਉਹਨਾਂ ਦੀ ਸੋਚ ਨੂੰ ਕਿਵੇਂ ਸਮਝਦਾਗਾ ਅ ਸੰਦੀਪ ਨੰਗਲੰਬੀਆਂ ਦੀ ਇੰਟਰਵਿਊ ਕਰਦਿਆਂ ਕਰਦਿਆਂ ਨੂੰ ਸਾਨੂੰ ਸਮਾਂ ਲੰਘ ਗਿਆ ਉਹ ਜਹਾਂ ਨੂੰ ਚਲਾ ਗਿਆ ਨਹੀਂ ਸੁਭਾਅ ਬਣਿਆ ਇਕੱਠੇ ਹੋਣ ਦਾ ਧਰਨੇ ਤੇ ਇੱਕ ਵਾਰੀ ਇੰਟਰਵਿਊ ਹੋਈ ਉਹਨਾਂ ਨਾਲ ਦੀਪ ਸਿੱਧੂ ਦੇ ਇੰਟਰਵਿਊ ਲਈ ਮੈਂ ਉਹਦੇ ਪਿੱਛੇ ਪਿੱਛੇ ਧਰਨੇ ਤੇ ਫਿਰਦਾ ਰਿਹਾ। ਅ ਦੋ ਤਿੰਨ ਵਾਰੀ ਸਮਾਂ ਬਣਿਆ ਗਿਆ। ਫੇਰ ਵੀ ਨਹੀਂ ਇੰਟਰਵਿਊ ਕਰ ਸਕੀ ਕਿਤੇ ਉਹ ਬਿਜੀ ਹੋ ਜਾਂਦੇ ਸੀ ਕਿਤੇ ਅਸੀਂ ਪਿੱਛੇ ਰਹਿ ਜਾਂਦੇ ਸੀ ਬਿਜੀ ਹੋ ਜਾਂਦੇ ਸੀ। ਸੰਦੀਪ ਨੰਗਲੰਬੀਆ ਦੇ ਜਾਣ ਤੋਂ ਬਾਅਦ ਵੀ ਹੁਣ ਮੈਂ ਚਾਹੁੰਦਾ ਸੀਗਾ ਵੀ ਵਧੀਆ ਤਰੀਕੇ ਨਾਲ ਕੋਈ ਇੱਕ ਡਾਕੂਮੈਂਟ ਤਿਆਰ ਕਰਨਾ ਚਾਹੁੰਦਾ ਸੀਗਾ ਵੀ ਉਹ ਕੀਤਾ ਜਾਵੇ ਤੇ ਹੁਣ ਅਸੀਂ ਕਰਨ ਵੀ ਚੱਲੇ ਸੀ ਰਸਤੇ 'ਚ ਉਹਦੋਂ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਉਹਦੋਂ ਮੁੜ ਆਏ। ਆਪਣੀ ਗੱਲ ਹੋਈ ਉਸ ਦਿਨ। ਅਸੀਂ ਫੇਰ ਕਰਨ ਚੱਲੇ ਸੀ ਉਸ ਦਿਨ ਸਾਡਾ ਸਮਾਂ ਬੰਨਿਆ ਤਾਂ ਅਸੀਂ ਪੂਰਾ ਸਮਾਂ ਨਿਸ਼ਚਿਤ ਕੀਤਾ ਹੋਇਆ ਸੀ ਡਾਕੂਮੈਂਟਰੀ ਦਾ ਸੰਦੀਪ ਨੰਗਲੰਗੀਆਂ ਤੇ ਤੇ ਉਸ ਦਿਨ ਉਸ ਪਿੰਡ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਅਸੀਂ ਫੇਰ ਰੁਕ ਗਏ ਇਸ ਲਈ ਕਈ ਵਾਰੀ ਕੋਈ ਕਾਰਨ ਹੁੰਦੇ ਆਗੇ ਜਿਹਦੇ ਕਰਕੇ ਆਪਾਂ ਨਹੀਂ ਕਈ ਚੀਜ਼ਾਂ ਤੇ ਉਵੇਂ ਬੋਲ ਸਕਦੇ ਹਾਂ ਮੈਂ ਉਹਨਾਂ ਚੋਂ ਨਹੀਂ ਹੈਗਾ ਵੀ ਮੈਂ ਅੱਜ ਕੋਈ ਗੱਲ ਹੋ ਗਈ ਤਾਂ ਮੈਂ ਅੱਜ ਸੋਸ਼ਲ ਮੀਡੀਆ ਤੇ ਅੱਜ ਹੀ ਲਾਈਵ ਹੋ ਜਾਊਂਗਾ ਵੀ ਮਹਾ ਮੈਂ ਤਾਂ ਬਹੁਤ ਦੁੱਖਾ ਸਾਡਾ ਭਰਾ ਚਲਿਆ ਗਿਆ ਜਾਂ ਇਦਾਂ ਮੈਂ ਹਰ ਇੱਕ ਚੀਜ਼ ਨੂੰ ਬਹੁਤ ਸੰਕੋਚਵੇਂ ਜੇ ਤਰੀਕੇ ਚ ਕਰਦਾ ਹੁੰਦਾ ਬਾਈ